ਹਾਂ ਵੀ ਕੀ ਹਾਲ ਆ? ਵਧੀਆ ਪਤਾ ਤੂੰ ਸੁਣਾ? ਵਧੀਆ ਵਧੀਆ। ਹਰਸ਼ ਹੋਣੀ ਕਿੱਥੇ ਯਾਰ? ਫਿਰਦੇ ਹੋਣਗੇ ਇਕੱਠੇ, ਦੇਖਤਾ ਸਨੈਪ ਆਈ ਤਾਂ ਹੋਈ ਆ, ਫਿਰੀ ਜਾਂਦੇ ਆ ਬਾਜ਼ਾਰ ਚ ਕਿਤੇ। ਇਹ ਇਕੱਠੇ ਰਹਿੰਦੇ ਯਾਰ। ਯਾਰ ਦੇਖ ਇਹ ਬਾਲ ਨਹੀਂ ਇਕੱਠੇ ਰਹਿੰਦੇ ਹੈਗੇ। ਉਹ ਵੱਖ ਤਾਂ ਕਰ ਦਾਂਗੇ, ਲਾਵਾਂ ਕੋਈ ਸਕੀਮ ਲਾ ਦੇ ਫਿਰ। ਚੱਲ ਫਿਰ ਆ ਜਾ, ਚੱਲ ਚੱਲੀਏ। ਉਹ ਖੜਾ ਓਏ, ਚੱਲ ਆ ਜਾ, ਆ ਚੱਲ ਯਾਰ, ਨਾ ਬੋਲੀ ਠੀਕ ਆ। ਉਹ ਹਾਂ ਵੀ ਕੀ ਹਾਲ ਅੰਦਰ? ਤੂੰ ਲੋਕਾਂ ਕੋਲ ਤਰੀਫਾਂ ਕਰਦਾ ਨਾ, ਉਹ ਤੇਰੀ ਬੇਇੱਜ਼ਤੀ ਕਰਦਾ ਲੋਕਾਂ ਕੋਲੇ। ਕੀ ਮਤਲਬ? ਅਸੀਂ ਗੱਲ ਵੀ ਫੈਲੀ ਸੀ ਨਾ। ਹਾਂ ਯਾਰ, ਹੋਰ ਸੁਣ ਲੈ, ਸਾਤੋਂ ਸਬੂਤ ਵੀ ਪਏ ਆ ਸਾਡੇ ਕੋਲੇ, ਅਸੀਂ ਤੈਨੂੰ ਦਿਖਾਉਂਦੇ ਨਹੀਂ ਬਸ। ਕੈਨੇਡਾ ਗੱਲ ਐਵੇਂ ਨਹੀਂ ਪਹੁੰਚੀ। ਅੱਛਾ ਯਾਰ, ਹੋਰ ਕੀ ਕੀ ਸੋਚੀ ਜਾਂਦਾ ਯਾਰ? ਇਦਾਂ ਦਾ ਹੈ ਨਹੀਂ ਬੰਦਾ, ਉਹ ਇਦਾਂ ਦਾ ਹੀ ਬੰਦਾ, ਤੈਨੂੰ ਕੁਛ ਹੋਰ ਦੇ ਤਾ ਅਸਲ ਚ ਕੁਛ ਹੋਰ ਆ। ਅੱਛਾ ਯਾਰ, ਤੈਨੂੰ ਸਾਡੇ ਤੇ ਹੈਗਾ ਨਾ ਭਰੋਸਾ? ਯਾਰ ਉੱਥੋਂ ਵੱਧ ਕੇ ਬਾਈ ਉਹ ਰੱਖਿਆ ਸੀਗਾ, ਪਰ ਮੈਨੂੰ ਉਮੀਦ ਨਹੀਂ ਸੀ ਇਦਾਂ ਦਾ ਹੋਊ ਬਾਈ। ਉਹ ਲੋਕਾਂ ਕੋਲ ਬੇਇੱਜ਼ਤੀ ਕਰਦਾ ਤੇਰੀ। ਕੋਈ ਗੱਲ ਨੀ, ਅਸੀਂ ਤੈਨੂੰ ਹੋਰ ਵੀ ਚੀਜ਼ਾਂ ਦੱਸਾਂਗੇ। ਕੋਈ ਨਾ, ਬਾਕੀ ਟਾਈਮ ਹੋਣ ਤੇ ਤੈਨੂੰ ਪਤਾ ਲੱਗ ਜਾਊ ਹੋਰ ਉਹਦੀ ਗੱਲਾਂ। ਗੱਲ ਸੁਣ, ਅੱਜ ਕਿੱਥੇ? ਜੇਬ ਚ ਪਾਇਆ। ਓ ਸੋਰੀ ਸੋਰੀ ਸੋਰੀ, ਜੇਬ ਪਾਟੀ ਸੀ ਨਾ, ਇੱਥੇ ਕਿਤੇ ਡਿੱਗ ਪਿਆ ਹੋਣਾ। ਕਿੰਨੇ ਚੋਗਾ ਹੈਗਾ ਨਾ, ਉਨੇ ਚੋਗਾ ਬਣ ਕੇ ਰਹਿ, ਸਿੱਧੀ ਤਰ੍ਹਾਂ ਦੱਸ ਕਿੱਥੇ ਆ? ਸੋਰੀ ਵੀਰੇ, ਉਹ ਗਰਾਊਂਡ ਗਿਆ ਹੋਣਾ ਆਕਾਸ਼ ਤੇ ਪ੍ਰਭ ਵੀਰੇ ਨਾਲ। ਹੋਰ ਸੁਣਾ ਉਸਤਾਦ, ਕਿੱਦਾਂ ਫਿਰ? ਵਧੀਆ ਉਸਤਾਦ, ਤੂੰ ਦੱਸ ਦਿੰਦੇ ਆ? ਵਧੀਆ ਯਾਰ। ਯਾਰ ਤੈਨੂੰ ਹੀ ਲੱਗਦਾ ਇੰਦਰ ਬਲੋਨ ਹਟ ਗਿਆ ਅੱਜ ਕੱਲ੍ਹ? ਉਹ ਯਾਰ ਉਹ ਗੱਲ ਨਹੀਂ ਹੁੰਦੀ ਕਿ ਬਲੋਨ ਨਹੀਂ ਹਟਦਾ ਹੁੰਦਾ, ਉਹ ਯਾਰ ਉਹ ਪ੍ਰੋਬਲਮਸ ਹੁੰਦੀਆਂ ਫੈਮਿਲੀ ਵਗੈਰਾ, ਕਈ ਵਾਰੀ ਬੰਦਾ ਉਹ ਡਿਪਰੈਸ਼ਨ 'ਚ ਹੁੰਦਾ ਕਈ ਚੀਜ਼ਾਂ ਕਰਕੇ, ਤਾਂ ਇੱਦਾਂ ਨਾ ਸੋਚਿਆ ਕਰੋ ਯਾਰ ਬਾਹਲਾ। ਲੱਗਾ ਯਾਰ ਮੈਨੂੰ ਲਾ ਦੋ, ਬੰਦੇ ਆਪਣੇ ਵਾਸਤੇ ਵੀ ਖਾਰ ਉਹ ਕੋਈ ਖਾਰ ਨਹੀਂ ਖਾਂਦਾ, ਆਹ ਹੁੰਦਾ ਅੱਗ ਲੱਗੀ ਕਿੰਨਾ ਤੇਜ਼ ਆਉਂਦੇ ਤਾਂ ਨਾਲ ਹੀ ਆ ਗਏ। ਇੰਦਰ ਮੈਨੂੰ ਨੀ ਪਤਾ ਤੂੰ ਮੇਰੇ ਥੱਪੜ ਕਿਉਂ ਮਾਰਿਆ, ਪਰ ਮੈਂ ਤੈਨੂੰ ਤੇਰੀਆਂ ਚੀਜ਼ਾਂ ਸੁਣਾਉਣਾ ਨਹੀਂ ਚਾਹੁੰਦਾ ਸੀ, ਪਰ ਲੈ ਸੁਣ। ਹਾਂ ਚੱਲ ਵਧੀਆ ਵਧੀਆ ਯਾਰ। ਹੈਲੋ, ਉਹ ਇੱਕ ਮਿੰਟ ਖੜੀ ਰਹਿ, ਮੈਨੂੰ ਕਾਲ ਆ ਰਹੀ ਸੀ ਇੰਦਰ ਦੀ। ਉਹ ਇੰਦਰ ਦੀ ਕਾਲ ਆਉਂਦੀ, ਉਹਨੂੰ ਕੋਈ ਕੰਮ ਹੋਣਾ ਯਾਰ ਜ਼ਰੂਰੀ। ਮੈਂ ਤੇਰਾ ਫੋਨ ਕੱਟਣ ਲੱਗਾ, ਠੀਕ ਹੈ ਨਾ, ਕਾਲ ਆ ਰਹੀ ਹੈ ਮੈਨੂੰ ਇੰਦਰ ਦੀ। ਕਿੱਥੇ ਆ ਓਏ ਸਾਲੇ, ਐਨਾ ਟਾਈਮ ਫੋਨ ਚੱਕਣ ਨੂੰ? ਥੋੜਾ ਕੰਮ ਸੀਗਾ ਘਰ ਦਾ, ਤਾਂ ਮੇਰੇ ਘਰੇ ਕਾਲ ਆਈ ਹੋਈ ਸੀ। ਤੇ ਬੱਸ ਸਟੈਂਡ ਖੜਾ, ਮੈਨੂੰ ਆ ਕੇ ਲੈ ਕੇ ਜਾ। ਮੈਨੂੰ ਪਤਾ ਕਿਹੜਾ ਮੰਗ ਕੇ ਲੈ ਕੇ ਆਇਆ, ਸਾਰੀ ਦਿਹਾੜੀ ਤੂੰ ਸਹੇਲੀ ਨਾਲ ਲੱਗਿਆ ਰਹੇ ਨਾ, ਹੁਣ ਮੇਰੇ ਤੋਂ ਬਾਅਦ ਉਹ ਪਿਆਰੀ ਆ ਤੈਨੂੰ? ਬੈਠ ਯਾਰ। ਹੈਲੋ, ਹਾਂ ਬੋਲ ਯਾਰ। ਹਾਂ ਯਾਰ, ਮੈਂ ਨਹੀਂ ਕਰਨੀ ਚਾਹੁੰਦਾ ਤੈਨੂੰ ਕਾਲ, ਠੀਕ ਹੈ ਨਾ ਯਾਰ? ਮੈਨੂੰ ਸਭ ਨਾਲੋਂ ਪਹਿਲਾਂ ਮੇਰੇ ਫਰੈਂਡਸ ਆ, ਠੀਕ ਹੈ ਨਾ? ਹਾਂ ਠੀਕ ਆ ਯਾਰ, ਮੈਂ ਨਹੀਂ ਰਹਿਣਾ ਚਾਹੁੰਦਾ ਤੇਰੇ ਨਾਲ ਯਾਰ, ਬਸ ਠੀਕ ਆ। ਹੈਲੋ, ਕਿਵੇਂ ਆ? ਵਧੀਆ। ਮਾਤਾ ਕਿੱਥੇ ਆ? ਮਾਤਾ ਚਾਹ ਬਣਾਉਂਦੀ ਕਿਹੜੀ ਜੀ? ਕਿਉਂ ਸਾਲਿਆ, ਘਰੋਂ ਮਿਲਦੀ ਨੀ? ਓਏ ਘਰੋਂ ਤਾਂ ਮਿਲਦੀ ਆ, ਪਰ ਜਿਹੋ ਜੀ ਮਾਤਾ ਬਣਾਉਂਦੀ ਆ ਨਾ ਸਾਲੀ, ਉਹੋ ਜੀ ਨਹੀਂ ਮਿਲਦੀ ਯਾਰ। ਅੱਛਾ, ਫਿਰ ਭਾਵੇਂ ਰਾਤ ਦਾ ਗਾ, ਵਾ ਇੰਨੇ ਕੰਮ ਕਰਨ ਵਾਲੇ ਪਏ ਆ, ਦੱਸ ਉਹ ਇਹਨੂੰ ਬਾਹਰ ਲਾ ਦੋ, ਉਦੋਂ ਲਾਉਂਗੇ ਜਦੋਂ ਬਰਾਤ ਆ ਗਈ। ਹੁਣ ਦੱਸ ਕੁਰਸੀਆਂ ਵੀ ਮੰਗਵਾਉਣੀਆਂ ਪਈਆਂ, ਡੈਕੋਰੇਸ਼ਨ ਦਾ ਸਮਾਨ ਵੀ ਪਿਆ ਸਾਰਾ ਯਾਰ। ਹੈਲੋ,
ਓਏ ਹਾਂ ਡੈਡੀ ਕਿਵੇਂ ਆ ਵਧਾਈਆਂ ਵਧਾਈਆਂ ਹਾਂ ਵਧਾਈਆਂ ਹਾਂ ਡੈਕੋਰੇਸ਼ਨ ਦਾ ਕੰਮ ਓਏ ਹਾਂ ਹਲਵਾਈ ਦਾ ਵੀ ਆ ਗਏ ਪ੍ਰਭੂ ਨਹੀਂ ਹੁਣੇ ਹੀ ਆਇਆ ਮੈਂ ਉਹਨਾਂ ਨੂੰ ਕਹਿ ਦੇਣਾ ਸਾਰਾ ਕੁਛ ਹਾਂਜੀ ਹਾਂਜੀ ਤੁਸੀਂ ਹਾਂ ਯਾਰ ਇੰਨਾ ਲੇਟ ਕਿਉਂ ਕਰਾਦਾ ਦੱਸ ਯਾਰ ਰਾਹ 'ਚ ਟ੍ਰੈਫਿਕ ਕਿੰਨਾ ਸੀ ਕੰਮ ਸੀ ਤੈਨੂੰ ਪਤਾ ਉਹ ਟ੍ਰੈਫਿਕ ਤੇ ਹੈਗਾ ਹੁਣ ਸਾਰੇ ਕੰਮ ਕਰਾਉਣ ਵਾਲੇ ਪਿਆ ਤੁਸੀਂ ਤਾਂ ਇੰਨੀ ਲੇਟ ਆਏ ਹੋ ਰਾਤ ਦਾ ਵਿਆਹ ਮੇਰੀ ਗੱਲ ਸੁਣਨ ਸਾਰੀ ਹਲਵਾਈ ਦਾ ਕੰਮ ਪਿਆ ਪਨੀਰ ਦਾ ਕੰਮ ਪਿਆ ਤੈਨੂੰ ਉਹੀ ਦੱਸਣ ਲੱਗਾ ਸੀ ਉਹ ਤੈਨੂੰ ਪਤਾ ਤਾਂ ਹੈ ਆਪਣੇ ਘਰ ਦੇ ਕੋਈ ਦਾਖਲਾ ਹਸਪੀਟਲ ਯਾਰ ਤੈਨੂੰ ਪਤਾ ਤਾਂ ਹੈ ਯਾਰ ਮੇਰਾ ਨਿਕਲਣਾ ਕਿੰਨਾ ਖੈਰ ਘਰੇ ਕੋਈ ਹੈ ਨਹੀਂ ਆ ਦੇਖ ਫੋਨ ਤੇ ਫੋਨ ਆਈ ਜਾਂਦੇ ਆ ਯਾਰ ਵੈਸੇ ਵੀ ਕੋਈ ਘਰੇ ਹੈ ਨਹੀਂਗਾ ਜਾਣਾ ਪੈਣਾ ਯਾਰ ਮੈਨੂੰ ਫਿਰ ਹੁਣ ਤੂੰ ਦੇਖ ਲਓ ਔਖਾ ਸੌਖਾ ਹੋ ਕੇ ਹਾਂ ਡੈਡੀ ਮੈਂ ਕਰਾ ਲੂੰਗਾ ਕੋਈ ਨਾ ਕੰਮ ਸਾਰੇ ਤੁਸੀਂ ਨਹੀਂ ਆਉਂਦੇ ਹੁਣ ਰਾਤ ਨੂੰ ਮਤਲਬ ਉਹ ਤੈਨੂੰ ਪਤਾ ਲੈਗਾ ਭਰਾਵਾ ਆਪਣੇ ਹਸਪੀਟਲ ਕੋਈ ਦਾਖਲਾ ਮੈਨੂੰ ਆਉਣ ਨਹੀਂ ਦੇਣਾ ਕਿਸੇ ਨੇ ਚੱਲ ਠੀਕ ਹੈ ਵੀਰੇ ਚੱਲ ਠੀਕ ਹਾਂਜੀ ਜਿਹੜੀ ਮੈਂ ਕਰਾ ਦਿੰਦਾ ਕੰਮ ਕੋਈ ਚੱਕਰ ਨਹੀਂ ਗਈ ਉਹ ਮੈਂ ਕਰਾ ਲੂੰਗਾ ਆਪੇ ਸਾਰੇ ਕੰਮ ਕਿਹੜੇ ਬੈਡ ਤੇ ਇੱਥੇ ਕਹਿੰਦਾ ਪਿਆ ਵਾ ਚਾਰ ਬੈਡ ਤੇ ਕਹਿੰਦਾ ਸੀਗਾ ਉਹ ਹਾਂ ਵੀ ਕੀ ਹਾਲ ਆ ਠੀਕ ਆ ਹੁਣ ਕੀ ਕਹਿੰਦਾ ਡਾਕਟਰ ਫਿਰ ਡਾਕਟਰ ਯਾਰ ਕਹਿੰਦਾ ਉੱਦਾਂ ਠੀਕ ਆ ਦੋ ਕੁ ਦਿਨਾਂ ਤੈਨੂੰ ਰੈਸਟ ਦੀ ਲੋੜ ਆ ਇੱਕ ਦਿਨ ਹਸਪੀਟਲ 'ਚ ਕੱਢ ਤੂੰ ਹੋਰ ਅੱਛਾ ਫਿਰ ਠੀਕ ਹੋ ਜਾਏਗਾ ਫਿਰ ਹਾਂ ਹਾਂ ਯਾਰ ਤੈਨੂੰ ਪਤਾ ਤਾਂ ਘਰਦਿਆਂ ਦਾ ਕਿੰਨਾ ਔਖਾ ਬਾਪੂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਵਾ ਅਤੇ ਮੰਮੀ ਦਾ ਬਹੁਤ ਔਖਾ ਯਾਰ ਤੁਹਾਡੇ ਦੋਨਾਂ 'ਚੋਂ ਇੱਕ ਜਣਾ ਦੇਖ ਲਓ ਜੇ ਕੋਈ ਰਹਿ ਸਕਦਾ ਯਾਰ ਮੇਰਾ ਤਾਂ ਬਾਹਲਾ ਔਖਾ ਯਾਰ ਤੈਨੂੰ ਮੇਰੇ ਘਰਦਿਆਂ ਬਾਰੇ ਪਤਾ ਤਾਂ ਹੈਗਾ ਉਹ ਛੇਤੀ ਮੈਨੂੰ ਨਿਕਲ ਨਹੀਂ ਦਿੰਦੇ ਬਟਰ ਤੂੰ ਦੇਖ ਲਾ ਯਾਰ ਤੇਰਾ ਪੱਕਾ ਯਾਰ ਅਰਸ਼ ਕਿੱਥੇ ਅੱਜ ਫਿਰ ਅਰਸ਼ ਯਾਰ ਅਰਸ਼ ਦੀ ਭੈਣ ਦਾ ਵਿਆਹ ਸੀਗਾ ਮੈਂ ਫੋਨ ਕੀਤਾ ਸੀ ਅਤੇ ਉਹ ਮਜਬੂਰੀ ਪੈ ਗਈ ਹੋਣੀ ਯਾਰ ਤੂੰ ਦੇਖ ਲਾ ਬਟਰ ਅੱਗੇ ਤਾਂ ਅਰਸ਼ ਕੋਲ ਹੀ ਹੁੰਦਾ ਤੇਰੇ ਯਾਰ ਯਾਰ ਚੱਲ ਕੋਈ ਨਾ ਵਰੇ ਭੈਣਾਂ ਮੈਂ ਆ ਤਾਂ ਜਾਊਂਗਾ ਮੈਂ ਰੋਟੀ ਰਾਟੀ ਖਾ ਕੇ ਆਊਂਗਾ ਠੀਕ ਹੈ ਇੱਕ ਵਾਰੀ ਘਰੇ ਜਾ ਆਵਾਂ ਠੀਕ ਹੈ ਅਤੇ ਆ ਜੀ ਬੁੱਟਰ ਠੀਕ ਆ ਚੱਲ ਠੀਕ ਓਕੇ ਯਾਰ ਤੂੰ ਇੰਦਰ ਪਿੱਛੇ ਲਾ ਕੇ ਸਾਰਾ ਰਾਤ ਦਾ ਪਲਾਨ ਕੈਂਸਲ ਕਰਤਾ ਉਹ ਕਿਉਂ ਘਬਰਾਉ ਨਾ ਯਾਰ ਮੈਂ ਨਹੀਂ ਆਉਂਦਾ ਗਾ ਨਾਲੇ ਆਈਫੋਨ ਵਾਲੇ ਨੇ ਬਲੌਕ ਦਾ ਆਪਸ਼ਨ ਵੀ ਪਾਇਆ ਇਹ 'ਚ ਤੈਨੂੰ ਕੀ ਲੱਗਦਾ ਮੈਂ ਉਹਨਾਂ ਕਰਕੇ ਹੌਸਪਿਟਲ ਜਾਊਂਗਾ ਰਾਤ ਨੂੰ ਚੱਲ ਮੈਂ ਕਹਿੰਦਾ ਹੁਣ ਚੱਲੀ ਆਪਾਂ ਚੱਲ ਫਿਰ ਯਾਰ ਇਹਨਾਂ ਦਾ ਫੋਨ ਕਿਉਂ ਨਹੀਂ ਲੱਗਦਾ ਹੁੰਦਾ ਹਰਸ਼ ਨੂੰ ਲਾਉਣਾ ਹੈਲੋ ਸਾਰੇ ਕੰਮ ਹੋਏ ਕਿ ਨਹੀਂ ਹੁਣ ਯਾਰ ਰਾਤ ਨੂੰ ਆ ਜਾਣਾ ਪ੍ਰਾਹੁਣੇ ਨੇ ਕੀ ਕਰੀ ਉਹਨੂੰ ਤੁਸੀਂ ਇੱਕ ਮਿੰਟ ਮੈਨੂੰ ਕਾਲ ਆਈ ਜਾਂਦਾ ਯਾਰ ਮਤ ਲਾਉਣਾ ਹਾਂ ਹਰਸ਼ ਕਿੱਥੇ ਆ ਹੈਲੋ ਇੰਦਰ ਆਇਆ ਨਹੀਂ ਕੀ ਗੱਲ ਤੈਨੂੰ ਸਾਰੇ ਡੀਕੀ ਜਾਂਦੇ ਯਾਰ ਰਾਤ ਨੂੰ ਵਿਆਹ ਆਪਣੀ ਭੈਣ ਦਾ ਕਿੱਥੇ ਆ ਤੂੰ ਯਾਰ ਵਿਆਹ 'ਤੇ ਵੀਰੇ ਥੋੜ੍ਹਾ ਜਿਹਾ ਬਿਮਾਰ ਹੋ ਗਿਆ ਸੀਗਾ ਕੀ ਹੋਇਆ ਤੈਨੂੰ ਕੁਛ ਨਹੀਂ ਯਾਰ ਢਿੱਲਾ ਜਿਹਾ ਸੀ ਥੋੜ੍ਹਾ ਜਿਹਾ ਅਤੇ ਉੱਤੋਂ ਬੁੱਟਰ ਹੋਣੀ ਫੋਨ ਵੀ ਨਹੀਂ ਚੱਕਦੇ ਯਾਰ ਕੁਛ ਨਹੀਂ ਯਾਰ ਰਿਪੋਰਟਾਂ ਜਾਂ ਕਢਾਈਆਂ ਸੀ ਸੈੱਲ ਘਟੇ ਆ ਥੋੜ੍ਹੇ ਜਿਹੇ ਮੈਂ ਆਉਂਦਾ ਟੈਨਸ਼ਨ ਨਾ ਲੈ ਮੈਂ ਆਉਂਦਾ ਨਹੀਂ 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 ਵੀਰੇ ਕੋਈ ਨਾ ਸਰ ਜੂਗਾ ਤੂੰ ਵਿਆਹ ਇੰਜੋਏ ਕਰ ਮੈਂ ਠੀਕ ਹਾਂ ਉਹ ਟੈਨਸ਼ਨ ਨਾ ਲੈ ਹੋਰ ਬਹੁਤ ਜਾਣੇ ਹੈਗੇ ਕੰਮ ਕਰੋ ਉਹਨੂੰ ਮੈਂ ਆਉਂਦਾ ਤੇਰੇ ਕੋਲ ਬਸ ਯਾਰ ਇਹਨੂੰ ਕਾਹਨੂੰ ਕਹਿਤਾ ਹੁਣ ਵਿਆਹ ਛੱਡ ਕੇ ਆਊਗਾ ਹੈਲੋ ਡੈਡੀ ਕਿਸੇ ਹੋਰ ਨੂੰ ਕਹਿ ਦਿਓ ਮਾੜੇ ਕੰਮ ਕਰਨ ਲਈ ਮੈਂ ਥੋੜ੍ਹਾ ਬਿਜ਼ੀ ਹਾਂ ਇਸ ਟਾਈਮ ਉਹ ਥੋੜ੍ਹਾ ਮੈਂ ਬਿਜ਼ੀ ਹਾਂ ਮੈਂ ਬਾਅਦ 'ਚ ਆਉਂਦਾ ਠੀਕ ਆ ਤੁਹਾਡੇ ਕੋਲ ਕੀ ਹੋਇਆ ਇੰਦਰ ਆ ਗਿਆ ਯਾਰ ਤੂੰ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਸ ਚੀਜ਼ ਬਾਰੇ ਯਾਰ ਮੈਨੂੰ ਆਇਆ ਸੀ ਭੈਣ ਦਾ ਵਿਆਹ ਨਾ ਖਰਾਬ ਹੋ ਯਾਰ ਭੈਣ ਦਾ ਵਿਆਹ ਵੀ ਹੋ ਜਾਊਗਾ ਕੰਮ ਕਰਨ ਲਈ ਬਹੁਤ ਜਾਣੇ ਆ ਯਾਰ ਪਰ ਤੂੰ ਮੈਨੂੰ ਦੱਸਦਾ ਸੀ ਤੂੰ ਤਾਂ ਇਕੱਲਾ ਕਿਉਂ ਆ ਤੇਰੇ ਨਾਲ ਦੇ ਬਾਕੀ ਕਿੱਥੇ ਗਏ ਸਾਰੇ ਤੈਨੂੰ ਪਤਾ ਤਾਂ ਮਾੜੇ ਤਾਂ ਕੌਣ ਖੜਦਾ ਤੇ ਤੂੰ ਮੈਨੂੰ ਕਾਲ ਕਰਨੀ ਸੀ ਯਾਰ ਪਹਿਲਾਂ ਤੂੰ ਆ ਗਿਆ ਨਾ
ਮੈਂ ਇਹ ਸਭ ਚੀਜ਼ਾਂ ਤੈਨੂੰ ਸੁਣਾਉਣਾ ਨਹੀਂ ਚਾਹੁੰਦਾ ਸੀ ਇੰਦਰ, ਪਰ ਜੋ ਤੂੰ ਅੱਜ ਕੀਤਾ ਯਾਰ ਮੈਨੂੰ ਸੱਚੀ ਯਕੀਨ ਨਹੀਂ ਹੋ ਰਿਹਾ ਉਸ ਚੀਜ਼ 'ਤੇ ਯਾਰ। ਮੈਂ ਤੇਰੀ ਮਾਂ ਨੂੰ ਮਾਂ ਕਿਹਾ, ਤੇਰੀ ਭੈਣ ਨੂੰ ਭੈਣ ਕਿਹਾ, ਤੇਰੇ ਹਰ ਦੁੱਖ ਸੁੱਖ ਦੇ ਵਿੱਚ ਮੈਂ ਖੜਿਆ, ਪਰ ਤੂੰ ਅੱਜ ਲੋਕਾਂ ਪਿੱਛੇ ਲੱਗ ਕੇ ਮੇਰੇ ਥੱਪੜ ਮਾਰਿਆ ਯਾਰ। ਛੱਡ ਯਾਰ, ਹੁਣ ਮੈਂ ਤੇਰੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ।